ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਾੜੀ ਨੌਬਾਦ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਭਾਅ ਜੀ ਸਤਨਾਮ ਸਿੰਘ ਹੋਣਾ ਦੇ ਕੋਲ। ਇੱਕ ਦੋਸਤੋ ਆਪਾਂ ਕਾਫੀ ਟਾਈਮ ਕਹਿ ਲਓ, ਚਾਹੇ 2 ਕੁ ਮੰਥ ਪਹਿਲਾਂ ਕਹਿ ਲਓ, ਇੱਕ ਐਡ ਪਾਈ ਸੀ, ਇੱਕ ਵੀਡੀਓ ਪਾਈ ਸੀ, ਇਸ ਘਰ ਤੋਂ ਅਪਡੇਟ ਪਾਈ ਸੀਗੀ। ਉਸ ਅਪਡੇਟ ਦੇ ਵਿੱਚ ਆਪਾਂ ਘੱਟੋ ਘੱਟ ਤੁਹਾਨੂੰ 8-7 ਪਸ਼ੂ ਉਦੋਂ ਵੀ ਦਿਖਾਏ ਸੀਗੇ, ਅਤੇ ਅੱਜ ਵੀ ਘੱਟੋ ਘੱਟ 8-9 ਪਸ਼ੂ ਦਿਖਾਉਣੇ ਆ। ਮੱਝਾਂ ਝੋਟੀਆਂ ਦਿਖਾਉਣੀਆਂ ਦੋਸਤੋ, ਮੱਝਾਂ ਜਿੰਨੀਆਂ ਵੀ ਦਿਖਾਉਣੀਆਂ ਸਾਰੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ। ਇੱਕ ਵੈੜ ਦਿਖਾਵਾਂਗੇ ਲਾਸਟ ਦੇ ਵਿੱਚ ਦੋਸਤੋ, ਉਹ ਗੱਬਣ। ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ ਦੋਸਤੋ, ਤਾਂ ਜੋ ਪੂਰੀ ਇਨਫੋਰਮੇਸ਼ਨ ਆ, ਜੋ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ, ਦੱਸੀ ਜਾਊਗੀ, ਉਹ ਸਮਝ ਵਿੱਚ ਆ ਸਕੇ। ਮਾੜੀ ਨੌਬਾਦ ਪਿੰਡ ਦੀ ਗੱਲ ਕਰ ਲਈਏ ਦੋਸਤੋ, ਅਤੇ ਭਲਵਾਨ ਕੇ ਦਰਾਜ ਕੇ ਇੱਕ ਪਾਸੇ ਚੁੰਘ ਪਿੰਡ ਰਹਿ ਜਾਂਦਾ ਹੈ, ਅਲਗੋਂ ਕੋਠੀ, ਠੀਕ ਆ, ਭਗਵਾਨਪੁਰਾ ਦੂਜੇ ਪਾਸੇ ਬਿਲਕੁਲ ਆ ਜਾਂਦਾ ਹੈ, ਠੀਕ ਆ ਜੀ। ਅਤੇ ਇਹ ਜਿਹੜੇ ਦੋਸਤੋ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਹੈਗੇ, ਅਤੇ ਭਾਅ ਜੀ ਸਤਨਾਮ ਸਿੰਘ ਹੋਣਾ ਦਾ ਪਸ਼ੂ ਵਪਾਰ ਦਾ ਕੰਮ ਆ, ਵਿਕਰੀ ਵਾਲੇ ਪਸ਼ੂ ਇਸ ਘਰ ਆਉਂਦੇ ਜਾਂਦੇ ਰਹਿੰਦੇ ਆ। ਸੋ ਡੇਲੀ ਰੂਟੀਨ ਦੇ ਵਿੱਚ ਨਵੇਂ ਪੁਰਾਣੇ ਪਸ਼ੂ ਆਉਂਦੇ ਆ, ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ। ਆਓ ਦੋਸਤੋ ਲੈਂਦੇ ਹਾਂ ਜਾਣਕਾਰੀ। ਪ੍ਰਣਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਠੀਕ ਹੈ, ਠੀਕ, ਵਧੀਆ। ਲਿਓ ਜੀ, ਖੋਲ੍ਹ ਲਈਏ। ਮੈਂ ਖੋਲ੍ਹ, ਆ ਜਾਓ ਜੀ, ਕੋਈ ਗੱਲ, ਆ ਜਾਓ। ਪਹਿਲੇ ਨੰਬਰ ਤੋਂ ਦੋਸਤੋ ਜਿਹੜੀ ਇੱਕ ਮੱਝ ਤੁਹਾਨੂੰ ਖੋਲ੍ਹ ਕੇ ਤੋਰ ਕੇ ਦਿਖਾ ਦਿੰਦੇ ਆ, ਇਹ ਨੀਲੀ ਰਾਵੀ 'ਚ ਆਉਂਦੀ, ਇਹ ਨੀਲੀ ਰਾਵੀ ਦੇ ਵਿੱਚ ਆ ਗਈ ਆ, ਠੀਕ ਆ ਜੀ। ਅਤੇ ਪਸ਼ੂ ਅੱਜ ਆਪਣੇ ਕੋਲ 8 ਪਕਾਊ ਆ, 8 ਪਹਿਲੀ ਮੱਝ ਆਪਣੇ ਕੋਲ ਆ ਗਈ ਆ। ਹਾਂਜੀ, ਨੀਲੀ ਰਾਵੀ, ਨੀਲੀ ਰਾਵੀ ਦੀ। ਹਾਂਜੀ, ਨੀਲੀ ਰਾਵੀ। ਅੱਛਾ, ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ? ਇਹ ਰਾਤੀ ਸੂਈ ਆ ਜੀ, ਰਾਤੀ ਸੂਈ ਆ। ਸਹਿ ਸਹਿਣਾ ਤੋਰਿਆ ਕਰ ਪੁੱਤ। ਸੋ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਮੱਝ ਪੈਂਦੀ ਆ, ਠੀਕ ਆ। ਸੋ ਵੱਡੀ ਹਾਈਟ, ਕੱਦ, ਵੇਲ ਚੰਗੀ ਆ ਸਪੈਸ਼ਲ, ਅਤੇ ਕੱਲ੍ਹ ਸੂਈ ਆ, ਠੀਕ ਆ। ਅੱਜ ਮਾਰਨਿੰਗ ਸੂਈ ਆ, ਅੱਜ ਮਾਰਨਿੰਗ ਸੂਈ ਆ। ਅਤੇ ਬੱਚਾ ਥੱਲੇ ਕੀ ਕਹਿੰਦੇ? ਕੱਟੀ ਮਗਰ ਆ, ਮਗਰ ਕੱਟੀ ਆ, ਠੀਕ ਆ, ਇਹੋ ਬੱਚਾ? ਹਾਂਜੀ, ਨਹੀਂ, ਉਹ ਬੱਚਾ ਜੀ, ਠੀਕ ਆ ਜੀ, ਮਗਰ ਕੱਟੀ ਆ, ਠੀਕ ਆ ਜੀ। ਸੋ ਮਗਰ ਕੱਟੀ ਆ ਦੋਸਤੋ, ਤੁਸੀਂ ਵੇਖ ਸਕਦੇ ਆ, ਅੱਜ ਮਾਰਨਿੰਗ ਸੂਈ ਆ, ਅਤੇ ਜੇਰ ਪ੍ਰੋਪਰ ਪੈ ਗਈ ਸੀ। ਹਾਂਜੀ, ਖੁੱਲ੍ਹ ਜਾ ਮਨ ਵੀਰੇ, ਖੁੱਲ੍ਹ ਜਾ ਪੁੱਤ, ਠੀਕ ਆ ਜੀ, ਉਤਰਾ ਆ ਜਾ, ਠੀਕ ਆ, ਜੇਰ ਪੈ ਗਈ ਸੀ ਪ੍ਰੋਪਰ, ਜੇਰ ਜੁੜਤੀ। ਅੱਛਾ, ਅਤੇ ਭਾਅ ਜੀ ਕੋਈ ਇੱਕ ਡੰਗ ਦੀ ਫਿਰ ਮਾਰਨਿੰਗ ਥੋੜ੍ਹੀ ਬਦੀ ਬੋਲੇ ਦੇ ਵਿੱਚ ਬਾਈ ਕੀਤੀ ਹੋਈ? 8 ਕੁ ਲੀਟਰ ਦੁੱਧ ਹੈਗਾ ਜੀ, 8 ਕੁ ਜ਼ਿਆਦਾ ਨਹੀਂ, ਠੀਕ ਆ ਜੀ। ਬਾਹਲਾ ਹੀ 8 ਕਿਲੋ, 15-16 ਲੀਟਰ ਦੁੱਧ ਦੇਊ ਪੱਕਾ ਜੀ, ਠੀਕ ਆ ਜੀ, ਠੀਕ, 15 ਦੇਊ ਦੇਊ, ਠੀਕ ਆ। ਅਤੇ ਚੰਗੀ ਚਵਾਈ ਵੀ ਸੋਹਣੀ, ਇੱਕ ਨੰਬਰ ਚਵਾਈ, ਠੀਕ ਆ ਜੀ, ਠੀਕ ਆ ਜੀ, ਠੀਕ ਆ। ਅਤੇ ਇਹਦਾ ਮੁੱਲ ਕੀ ਰਹੂਗਾ ਜੀ? ਹਾਂਜੀ, ਇਹਦਾ ਮੁੱਲ ਕੀ ਰਹੂਗਾ? ਇਹ ਦੇ ਦਾਂਗੇ 95,000 ਦੀ ਜੀ, 95 ਦੀ, 95 ਦੀ ਦੇ ਦਾਂਗੇ, ਠੀਕ ਆ, ਮਾਨਤਾਨ ਹੋ ਜੂ, ਬਾਕੀ ਮਾਨਤਾਨ ਖੁੱਲ੍ਹਾ ਹੀ ਕਰਨਾ, ਕਰ ਲਾਂਗੇ ਜੀ, ਜਿੰਨਾ ਵੀ ਹੋ ਸਕਦਾ ਹੈ ਕਰ ਲਾਂਗੇ ਜੀ। ਲਓ ਜੀ, ਅਗਲੇ ਨੰਬਰ, ਦੂਜੇ ਨੰਬਰ 'ਤੇ ਆਪਣੇ ਕੋਲ ਇਹ ਝੋਟੀ ਆ, ਇਹ ਸੂਆ ਕਿੰਨਾ ਸੂਈ? ਇਹ ਦੂਜੇ ਸੂਏ ਜੀ, ਦੂਜੇ ਸੂਬੇ ਆ, ਅਤੇ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਜੀ? ਇਹਨੂੰ ਅੱਜ 5ਵਾਂ ਦਿਨ ਹੋ ਗਿਆ ਜੀ, 5ਵਾਂ ਦਿਨ, ਹਾਂ, 5 ਦਿਨ ਹੋ ਗਏ, ਠੀਕ ਹੈ ਜੀ। 5 ਦਿਨਾਂ ਦੀ ਸੂਈ ਆ ਦੋਸਤੋ, ਸੂਆ ਦੂਜਾ, 10 ਲੀਟਰ ਦੁੱਧ ਆ ਜੀ। ਅੱਛਾ, 10 ਲੀਟਰ ਦੁੱਧ ਪੱਕਾ, 10 ਲੀਟਰ ਮਿੰਤੀ ਦਾ ਦੁੱਧ, ਠੀਕ ਆ ਜੀ। ਬੱਚਾ ਇਹਦੇ ਮਗਰ ਕੀ ਆ ਗਿਆ? ਇਹਦੇ ਮਗਰ ਕੱਟਾ ਜੀ, ਕੱਟਾ, ਕੱਟਾ ਜੀ, ਮੇਲ ਕਾਫ ਆ ਦੋਸਤੋ। ਇੱਕ ਵਾਰੀ ਤੁਹਾਨੂੰ ਖੋਲ੍ਹ ਕੇ ਚੰਗੀ ਤਸੱਲੀ ਨਾਲ ਤੋਰ ਕੇ ਜ਼ਰੂਰ ਦਿਖਾ ਦਿੰਦੇ ਹਾਂ, ਠੀਕ ਆ। 10 ਕਿਲੋ ਬਿਲਕੁਲ ਪੱਕਾ ਦੁੱਧ ਆ, 5 ਦਿਨਾਂ ਦੀ ਸੂਈ ਆ, ਦੂਜਾ ਸੂਆ ਝੋਟੀ ਆ, ਮਗਰ ਕੱਟਾ, ਮੇਲ ਕਾਫ ਆ, ਠੀਕ ਆ। ਬਾਕੀ ਥਣ ਭਾਂਡਾ ਵੇਖ ਲਓ, ਹਾਈਟ ਕੱਦ ਨਾਲ ਦੀ ਨਾਲ ਦੱਸੀ ਜਾਵਾਂਗੇ ਦੋਸਤੋ। ਹਾਈਟ ਚੰਗੀ ਆ, ਵੱਡੀ ਹਾਈਟ ਦੇ ਵਿੱਚ ਆ, ਠੀਕ ਆ। ਸੋ ਮੀਡੀਅਮ ਹਾਈਟ ਨਹੀਂ ਕਿ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ, ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਤੁਸੀਂ ਇਹਨੂੰ ਕਾਊਂਟ ਕਰ ਲਿਓ, ਠੀਕ ਆ। ਬਾਕੀ ਥਣ ਭਾਂਡਾ ਆ ਤੁਸੀਂ ਵੇਖ ਕੇ ਚੈੱਕ ਕਰੋ, ਠੀਕ ਆ। ਅੱਛਾ ਭਾਅ ਜੀ ਸਤਨਾਮ ਜੀ, ਇਹਦੇ ਥੱਲੇ ਬੱਚਾ ਜ਼ਰੂਰ ਨਾਲ ਦੀ ਨਾਲ ਦਿਖਾਈ, ਬੱਚਾ ਆ ਜੀ, ਕੱਟਾ ਇਹਦਾ ਜੀ, ਆਹ ਕੱਟਾ ਆ ਗਿਆ। ਸੋ ਦੂਜੇ ਨੰਬਰ 'ਤੇ ਦੋਸਤੋ ਇਸ ਝੋਟੀ ਦਾ, 5 ਦਿਨਾਂ ਦੀ ਸੂਈ ਦਾ, ਇਹ ਬੱਚਾ ਮੇਲ ਕਾਫ। ਅੱਛਾ ਭਾਅ ਜੀ ਸਤਨਾਮ ਸਿੰਘ ਜੀ, ਕਿੰਨਾ ਕੁ ਮੁੱਲ ਕਰਾਂਗੇ ਦਾ? ਇਹ 90 ਦੀ ਦੇ ਦਾਂਗੇ ਜੀ, 90, ਮਾਨਤਾਨ ਹੋ ਜੂ, ਮਾਨਤਾਨ, ਮਾਨਤਾਨ ਹੋ ਜੀ, ਠੀਕ ਆ ਜੀ। ਸੋ 90,000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜੂਗਾ, ਠੀਕ ਆ। ਸੋ ਇਸ ਤੋਂ ਬਾਅਦ ਤੀਜੇ ਨੰਬਰ 'ਤੇ ਕਿਹੜੀ ਝੋਟੀ ਆ? ਉਹ ਲੈ ਲਿਆਓ ਜੀ,
ਤੀਜੇ ਨੰਬਰ ਤੇ ਆ ਝੋਟੀ, ਇਹ ਗੱਬਣ ਆ ਜੀ, ਇਹਨੂੰ ਲਿਆਓ, ਇਹ ਗੱਬਣ ਲਿਆਓ ਜੀ ਥੱਲੇ, ਪੁੱਤ ਸਾਨੂੰ ਲਈ ਆ, ਠੀਕ ਆ। ਸੋ ਗੱਬਣ ਝੋਟੀ ਦੋਸਤੋ ਅੱਗੇ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਆ, ਸੂਆ ਪਹਿਲਾਂ ਕਿ ਦੂਜੇ ਦੂਜੇ ਸੂਏ ਜੀ, ਦੂਜੇ ਸੂਏ ਆ ਲੈਂਦੀ ਆ ਦਿਨ, ਅਜੇ ਦਿਨ ਲੈ ਜੂਗੀ 10 ਜੀ, 10 ਕੁ ਦਿਨ ਲੈਂਦੀ ਆ। ਸੋ 10 ਕੁ ਦਿਨ ਦਾ ਦੋਸਤੋ ਸਮਾਂ ਲੈਂਦੀ ਆ, ਠੀਕ ਆ। ਸਿੰਗੀ ਸੁੰਗੀ ਬਹੁਤ ਸੋਹਣੀ ਆ, ਗੁਲਾਈ ਦੇ ਵਿੱਚ ਆ ਸਿੰਘ, ਚੌੜੇ ਪਿੱਠਪੁੜੇ ਦੀ ਆ, ਹਾਈਟ ਸੋਹਣੀ ਆ, ਵੱਡੀ ਹਾਈਟ ਦੇ ਵਿੱਚ ਆ ਅਤੇ ਦਿਨ ਲੈਂਦੀ ਆ, ਠੀਕ ਆ। ਸੋ ਬਿਲਕੁਲ ਆ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਂਦੇ ਹਾਂ, ਚੌੜਾ ਪਿੱਠਪੁੜਾ ਥੱਬਿਆਂ ਦੇ ਥੱਬੇ, ਠੀਕ ਆ। ਆਰਡਰ ਕੁਆਲਿਟੀ ਕਾਫੀ ਸੋਹਣੀ ਆ, ਇੱਕ ਸਾਰ ਲੇਵਾ, ਠੀਕ ਆ ਜੀ, ਪੱਧਰ ਲੇਵੇ ਦੀ ਆ ਅਤੇ ਸੋ ਪੂਰੀ ਜੰਮੀ ਪਲੀ ਹੈ, ਪੂਰੀ ਚੰਗੀ ਸਾਂਭ ਸੰਭਾਲ ਵਾਲੀ, ਜੋ ਦੋਸਤੋ ਚੰਗੀ ਸਾਂਭ ਸੰਭਾਲ ਦੇ ਵਿੱਚ ਰਹੀ ਇਹ ਝੋਟੀ ਆ। ਸੋ ਕਾਫੀ ਵਜਨਦਾਰ ਲੋਡ ਪੂਰਾ ਹੈਗਾ, ਠੀਕ ਆ। ਆਹ ਦੇਖੋ ਸੋ ਕਮਾਲ ਦੀ ਆ ਦੋਸਤੋ, ਫੁੱਲ ਵੱਡੀ ਕੱਦ ਕਾਠੀ ਆ, ਠੀਕ ਆ। ਸੋ ਚੌੜੇ ਪਿੱਠਪੁੜੇ ਦੀ ਆ, ਰਾਜੀ ਆ, ਪੂਰੇ ਵਜਨ ਵਾਲੀ ਆ। ਬਾਕੀ ਹਫ਼ਤਾ ਖੰਡ 8 ਕੁ ਦਿਨ ਅਜੇ ਕੱਢ ਜੂਗੀ, 8 ਦਿਨ ਲੈ ਜੂ ਜੀ, 8 ਕੁ ਦਿਨ ਲੈ ਜੂ, 8 ਦਿਨ ਪੱਕੇ ਨਹੀਂ ਸੁਣਦੀ, ਇਹਦਾ 1,05,000 ਕਰਦੇ ਹਾਂ ਜੀ, 1,05,000 ਮਾਨਤਾਨ ਹੋ ਜੂ, ਠੀਕ ਹੈ ਜੀ। 1,05,000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜੂਗਾ, ਬਾਕੀ ਝੋਟੀ ਵੀ ਵੇਖੋ 15 ਲੀਟਰ ਪੱਕਾ ਦੇਊ ਦੇਊ ਝੋਟੀ ਪਾ ਦੇਊਗੀ, 15 ਪੱਕਾ ਪਾਊਗੀ, ਠੀਕ ਹੈ ਜੀ। 15 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਰਹੂਗੀ, ਠੀਕ ਹੈ ਜੀ। ਸੋ ਦੱਸਣ ਮੁਤਾਬਕ ਆ, ਬਾਕੀ ਸੇਵਾ ਪ੍ਰੋਪਰ ਹੋਣੀ ਚਾਹੀਦੀ ਹੈ, ਚੰਗੀ ਸੇਵਾ ਵੀ ਹੋਣੀ ਚਾਹੀਦੀ ਹੈ, ਸੇਵਾ ਨਾ ਦੇਣਾ ਦੁੱਧ ਜੀ, ਸੇਵਾ ਨਾ, ਜੇ ਆਪਾਂ ਤੂੜੀ ਨਹੀਂ ਰਹੀ ਪਾ ਦਾਂ ਕਿੱਥੋਂ ਦੇ ਦੂ ਦੁੱਧ, ਸਹੀ ਆ ਬਿਲਕੁਲ। ਅਗਲੀ ਆਪਣੇ ਕੋਲ ਆ ਗਈ 4th ਨੰਬਰ ਤੇ ਨੀਲੀ ਰਾਵੀ ਜੀ, ਨੀਲੀ ਰਾਵੀ ਰਾਵੀ ਦੀ ਝੋਟੀ ਆ ਤੇ ਇਹ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ? ਹਾਂਜੀ ਇਹਨੂੰ ਸੂਈ ਨੂੰ ਅੱਜ 5ਵਾਂ ਦਿਨ ਹੋ ਗਿਆ ਜੀ, ਅੱਜ 5ਵਾਂ ਦਿਨ ਆ ਦੋਸਤੋ ਸੂਈ ਨੂੰ ਨੀਲੀ ਰਾਵੀ ਦੇ ਵਿੱਚ ਆ। ਸੋ ਚੰਗੀ ਰਾਜੀ ਆ, ਗੁਲਾਈ ਦੇ ਵਿੱਚ ਆ, ਠੀਕ ਆ। ਬੇਲ ਬੂਲ ਵੀ ਚੰਗੀ ਆ, ਬੱਚਾ ਇਹਦੇ ਮਗਰ ਕੀ ਆ? ਇਹਦੇ ਮਗਰ ਕੱਟੀ ਕੱਟਾ ਨਾ, ਕੱਟਾ ਮੇਰੇ ਖਿਆਲ ਕੱਟਾ ਆ, ਕੱਟਾ ਮੇਲ ਕਾਫ ਆ ਜੀ, ਠੀਕ ਆ। ਸੋ ਮੇਲ ਕਾਫ ਆ ਦੋਸਤੋ, ਚੌਰਸ ਲੇਵਾ, ਬਿਲਕੁਲ ਮੁੱਢ ਤੋਂ ਆਪਾਂ ਗੱਲ ਕਰ ਲਈਏ ਤਾਂ ਚੌਰਸ ਲੇਵਾ, ਠੀਕ ਆ ਜੀ। ਥਣ ਬਿਲਕੁਲ ਪਤਲੇ ਅਤੇ ਨੋਕ ਵਾਲੇ ਥਣ ਆ, ਠੀਕ ਆ। ਸੋ ਚੌੜੇ ਪਿੱਠਪੁੜੇ ਦੀ ਆ, ਸਿੰਗੀ ਸੁੰਗੀ ਵੀ ਪੂਰੀ ਗੁਲਾਈ ਦੇ ਵਿੱਚ, ਅੱਖ ਫਿੱਲੀ ਮਣਕੀ ਆ, ਠੀਕ ਆ। ਆਹ ਦੇਖੋ ਜੀ। ਅੱਛਾ ਭਾਜੀ ਸਤਨਾਮ ਸਿੰਘ ਜੀ, ਇਹ ਦਿਨ ਕਿੰਨੇ ਕੁ ਦੱਸੇ ਸੂਈ ਨੂੰ? ਇਹਨੂੰ ਅੱਜ 5ਵਾਂ 6ਵਾਂ ਦਿਨ, 5ਵਾਂ 6ਵਾਂ ਦਿਨ, 10 ਲੀਟਰ ਬਹੁਲਾ ਹੀ ਇਹਦੇ ਥੱਲੇ ਜੀ, 10 ਲੀਟਰ ਬਹੁਲਾ ਹੀ ਬਹੁਲਾ ਇਹਦੇ ਥੱਲੇ, ਠੀਕ ਹੈ ਜੀ। ਬੱਚਾ ਇਹੋ ਹੀ ਹੈ? ਬੱਚਾ ਉਧਰੇ ਕੱਟਾ ਜੀ। ਅੱਛਾ, ਤਾਂ ਜਿਹੜਾ ਮਰਜ਼ੀ ਪੈ ਜਾਂਦਾ ਲੈ? ਨਹੀਂ ਉਹ ਜਿਹੜਾ ਮਰਜ਼ੀ ਉਹ ਕੱਟਾ ਹੈਗਾ ਇਹਦਾ ਕੱਟਾ। ਅੱਛਾ ਅੱਛਾ, ਵੀ ਠੰਡੀ ਸੀਲ ਸਾਹੂ ਜਿਹੜਾ ਮਰਜ਼ੀ ਪਵਾ ਲਈ, ਇਹੋ ਕੱਟਾ ਜੀ। ਹਾਂਜੀ ਅੱਛਾ ਅੱਛਾ, ਇਹੋ ਕੱਟਾ ਇਹਦਾ ਜੀ, ਠੀਕ ਹੈ ਜੀ। ਸੋ ਮਗਰ ਕੱਟਾ ਦੋਸਤੋ, ਠੀਕ ਆ। ਅਤੇ ਬਾਕੀ ਸ਼ੇਕ ਦੇ ਨਾ 10 ਕਿਲੋ ਜਿਹੜਾ ਦੋਸਤੋ, ਬੌਲਾ ਜਾਂ ਕੱਚਾ ਬੌਲਾ ਮੰਨ ਲਓ, ਬੌਲਾ ਮੰਨ ਲਓ, ਠੀਕ ਆ, ਬੌਲੇ ਤੋਂ ਅਸੀਂ ਬਾਹਰ ਸਮਝ ਲਓ, 10 ਕਿਲੋ ਜਿਹੜਾ ਹੁਣ ਹਾਜ਼ਰ ਆ 6 ਦਿਨਾਂ ਦੀ ਸੂਈ ਥੱਲੇ। ਸੋ ਚੰਗੀ ਕੁਆਲਿਟੀ ਆ ਥਣ ਥੁਣ ਦੀ, ਬਾਕੀ ਤੁਸੀਂ ਆ ਵੇਖ ਕੇ ਚੈੱਕ ਕਰ ਹੀ ਲੈਣੀ ਆ, ਠੀਕ ਆ ਜੀ। ਚਾਰੇ ਥਣ ਆ, ਇੱਕ ਸਾਰ ਲੇਵਾ ਅਤੇ ਬਿਲਕੁਲ ਪੱਧਰ ਲੇਵਾ। ਸੋ ਚੰਗੀ ਸਬਜ਼ੀ ਆ, ਰਾਜੀ ਆ, ਪੂਰੀ ਵਜਨ ਵਜੂਦ ਵਾਲੀ ਆ, ਠੀਕ ਆ। ਅਤੇ ਅੱਖ ਬਿੱਲੀ ਮਣਕੀ, ਮੱਥਾ ਬੱਲਾ, ਬਾਕੀ ਪ੍ਰੋਪਰ ਜਿਹੜੀਆਂ ਨਿਸ਼ਾਨੀਆਂ, ਚਾਰੇ ਪੈਰ ਧੋਤੇ, ਠੀਕ ਆ ਜੀ, ਹਵਾਨੇ 'ਤੇ ਦਾਗ, ਉਹ ਤੁਸੀਂ ਦੇਖ ਹੀ ਰਹੇ ਹੋ। ਇੱਕ ਸਰੂ ਅਗਦਾ ਦੱਸ ਦਈਏ ਮਾੜਾ, ਇਹ ਥਣ ਦੇ ਵਿੱਚ ਸਰੂ ਦੋ ਧਾਰਾਂ ਆਉਂਦੀਆਂ, ਦੋ? ਅੱਛਾ, ਇੱਕ ਸਰੂ ਨਾ, ਵਿੱਚ ਸਰੂ ਉਹਦੇ ਧਾਰਾਂ ਆਉਂਦੀਆਂ ਦੋ ਚੰਨ। ਅੱਛਾ ਜੀ, ਹਾਂ, ਮਤਲਬ 4 ਥਣ ਤਾਂ ਪ੍ਰੋਪਰ ਹੈਗੇ ਆ? ਬਰਾਬਰ ਬਰਾਬਰ ਆ, ਬਰਾਬਰ। ਅੱਛਾ ਜੀ, ਆਹੋ, ਦੋ ਧਾਰਾਂ ਆਉਂਦੀਆਂ ਵਿਚਲੇ ਥਣ 'ਚ। ਅੱਛਾ, ਇੱਕ ਵਿਚਕਾਰ ਲੱਗਾ ਜਿਹੜਾ ਬੱਚਾ? ਲੱਗਾ ਜੀ, ਬੱਚਾ ਜਿਹਾ ਲੱਗਾ ਜੀ, ਆਹੋ ਆਹੋ, ਦੋ ਦੋ 4 ਧਾਰਾਂ ਆਉਂਦੀਆਂ, ਉਹ ਦੋ ਕੁ ਧਾਰਾਂ ਆਉਂਦੀਆਂ। ਹਾਂਜੀ, ਇਹ ਤਾਂ ਮੁੱਲ ਕਿੰਨਾ ਰਹੂਗਾ ਭਾਜੀ? ਇਹ ਦੇ ਦਾਂਗੇ 1,02,000 ਦੀ। 1,02,000 ਦੀ? ਹਾਂਜੀ। ਲਓ ਵੀ ਦੋਸਤੋ, 1,02,000 ਦੀ ਜਿਹੜੀ ਉਹਦੀ ਕੀਮਤ ਆ, ਜਿਹੜੀ ਆਪਾਂ ਤੁਹਾਨੂੰ ਨੀਲੀ ਰਾਵ ਦੀ ਝੋਟੀ ਦਿਖਾਈ ਆ। ਅਗਲੀ ਇਸ ਮੱਝ ਦਾ ਕੀ ਰਿਕਾਰਡ ਆ ਜੀ? ਹਾਂਜੀ, ਇਹ ਮੱਝ ਸੂਆ ਕਿੰਨਵਾਂ ਸੂਈ ਆ? ਇਹ ਦੂਜਾ ਸੂਆ ਸੂਈ ਹੈ ਜੀ, ਦੂਜਾ। ਹਾਂ,
ਠੀਕ ਹੈ ਜੀ। ਦੂਜਾ ਸੂਆ ਦੋਸਤੋ ਸੂਈ ਆ, ਦਿਨ ਕਿੰਨੇ ਕੁ ਕਿਸੇ ਨੂੰ ਇਹਨੂੰ ਸੂਈ ਨੂੰ? ਅੱਜ 6ਵਾਂ 7ਵਾਂ ਦਿਨ ਹੋ ਗਿਆ ਜੀ। 6ਵਾਂ 7ਵਾਂ ਦਿਨ ਨੀਲੀ ਰਾਵੀ ਦਾ ਬੱਚਾ ਦਿੱਤਾ ਜੋ ਇਹਨੇ ਜੀ। ਠੀਕ ਆ ਜੀ। ਸੋ ਦੂਜਾ ਸੂਆ ਦੋਸਤੋ 5-6 ਦਿਨ ਦੀ ਸੂਈ ਆ, ਠੀਕ ਆ ਜੀ। ਅਤੇ ਹਾਈਟ ਮੀਡੀਅਮ ਦੇ ਵਿੱਚ ਆ, ਠੀਕ ਆ ਜੀ। ਸੋ ਦੂਰੋਂ ਨੇੜਿਓਂ ਹਰ ਇੱਕ ਵੀਰ ਨੇ ਆਉਣਾ, ਹਾਈਟ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ, ਠੀਕ ਆ ਜੀ। ਆ ਦੇਖੋ ਆ, ਤੋਰ ਲਓ ਤੋਰ ਲਓ। ਆ ਦੇਖੋ ਜੀ, 8 ਲੀਟਰ ਦੁੱਧ ਦੇ ਥੱਲੇ ਪੱਕਾ ਜੀ, 8 ਲੀਟਰ ਦੁੱਧ ਆ। 5 ਦੀ ਰਾਂਦ ਸੂਈ ਆ, ਨੀਲੀ ਰਾਵੀ ਦਾ ਬੱਚਾ ਆ, ਪੀ ਲੈਂਦੇ ਪਾਣੀ। ਠੀਕ ਆ ਜੀ, 5-6 ਦਿਨ ਦੀ ਸੂਈ ਹੈ, ਨੀਲੀ ਰਾਵੀ ਦਾ ਬੱਚਾ ਉੱਧਰ ਵਿਖਾ ਦਿੰਦੇ। ਠੀਕ ਆ ਜੀ, ਬੱਚਾ ਜ਼ਰੂਰ ਦਿਖਾ ਦਿੰਦੇ ਹਾਂ ਦੋਸਤੋ ਇੱਕ ਵਾਰੀ ਤੁਹਾਨੂੰ। ਠੀਕ ਆ, ਆਹ ਮਗਰ ਕੱਟਾ, ਆਹ ਕੱਟਾ ਮਗਰ ਜੀ, ਆਹ ਮੇਲ ਕਾਫ ਆ, ਬਿਲਕੁਲ 5 ਕਲਿਆਣਾ, ਠੀਕ ਆ ਜੀ, 4 ਪੈਰ ਧੋਤੇ ਆ, ਵਾਈਟ ਫੇਸ ਵਾਲਾ ਇਹ ਕੱਟਾ ਹੈ। 5 ਦਿਨਾਂ ਦੀ ਸੂਈ ਥੱਲੇ 8 ਕਿਲੋ ਬਹੁਲਾ ਕੋਈ ਵੀਰ ਮੰਨ ਸਕਦਾ। ਠੀਕ ਆ, ਅਤੇ ਇਹਦਾ ਮੁੱਲ ਕੀ ਰਹੂਗਾ ਜਿਹੜੀ ਹੁਣ ਆਪਾਂ? ਇਹ ਦੇ ਦਾਂਗੇ 65,000 ਦੀ, ਇਹਦੇ ਵਿੱਚ ਮਾਨਤਾਨ ਹੋ ਜੂ। 65,000 ਦੇ ਵਿੱਚੋਂ? ਹਾਂ, ਮਾਨਤਾਨ ਹੋ ਜੂ। ਠੀਕ ਆ ਜੀ, 65,000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜੂਗਾ। ਲਿਆਓ ਜੀ ਅਗਲੀ ਕੱਢ ਲਿਆਓ, ਲਿਆ ਪੁੱਤ ਲਿਆ। ਠੀਕ ਆ, ਲਈਆ ਇਹਨੂੰ, ਲਈਆ ਪਾਣੀ ਢਵਾਂਗੇ ਫਿਰ। ਪਸ਼ੂ ਦੋਸਤੋ ਕਾਫੀ ਨੇ, ਪਸ਼ੂ ਇੱਕ ਲੈਣ ਆਉਂਗੇ ਤੇ ਦੂਜਾ ਪਸੰਦ ਆ ਜਾਏਗਾ ਤੇ ਦੂਜੇ ਨੂੰ ਹੱਥ ਪਾ ਲਿਓ। ਲੈ ਲੈ ਹੁਣ ਕੀ ਪਾਣੀ ਦੇਣਾ ਹੈ? 10-12 ਪਸ਼ੂ ਆ ਹਰ ਟਾਈਮ ਜਿਹੜੇ, ਉਦੋਂ ਦਾ ਤੈਨੂੰ ਮੈਂ ਕਿ ਪਾਣੀ ਦਾਵੀ। ਠੀਕ ਆ ਜੀ, 10-12 ਪਸ਼ੂ ਐਵਰੀ ਟਾਈਮ ਜਿਹੜੇ ਮੌਜੂਦ ਹੁੰਦੇ। ਲੈ ਲਿਆ ਤੇ ਆ ਲਿਓ। ਅੱਛਾ ਜੀ, ਇਹ ਚੌਥੇ ਸੂਏ ਮੱਝ ਆ ਜੀ। ਹਾਂਜੀ, ਚੌਥੇ ਸੂਏ ਮੱਝ ਆ, ਚੌਥਾ ਸੂਆ। 10 ਲੀਟਰ ਦੁੱਧ ਪੱਕਾ ਹੈਗਾ ਇਹਦੇ ਥੱਲੇ। ਹਾਂਜੀ, ਚੌਥੇ ਦਿਨ ਦੀ ਸੂਈ ਆ ਜੀ। ਅੱਛਾ ਜੀ, ਚੌਥੇ ਦਿਨ ਦੀ ਸੂਈ ਆ, ਚੌਥੇ ਦਿਨ ਦੀ। ਉਹ ਮਗਰ ਚਿੱਟੇ ਰੱਸੇ ਵਾਲਾ ਕੱਟਾ ਜੀ। ਲਓ ਜੀ, ਇਹਦੇ ਮਗਰ ਵੀ ਕੱਟਾ। ਠੀਕ ਆ ਜੀ, 10 ਲੀਟਰ ਦੁੱਧ ਪੱਕਾ ਹੈਗਾ ਮਿੰਤੀ ਦਾ, 10 ਲੀਟਰ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਅੱਜ ਚੌਥੇ ਦਿਨ ਦੇ ਦੌਰਾਨ। ਸੋ ਨਰਕ ਪਰਖ ਤਸੱਲੀ ਆ, 2 ਟਾਈਮ ਚੋਗੇ ਕਰ ਲਿਓ, ਬਾਕੀ ਵਪਾਰ ਦਾ ਕੰਮ ਆ ਜੋ ਦੱਸਿਆ ਜਾਊਗਾ ਦੋਸਤੋ ਪ੍ਰੋਪਰ ਨਿਕਲੂਗਾ ਥੱਲੇ। ਠੀਕ ਆ, ਬਾਕੀ ਵੈਰੀਫਾਈ ਤੁਸੀਂ ਕਰਨਾ, 2 ਟਾਈਮ ਚੋਲੋ, 4 ਟਾਈਮ ਚੋਲੋ। ਠੀਕ ਆ, ਸੋ ਚੌਥਾ ਸੂਬਾ 4 ਦਿਨਾਂ ਦੀ ਸੂਈ ਆ, ਮਗਰ ਕੱਟਾ ਮੇਲ ਕਾਫ ਆ। ਲਿਓ ਜੀ, ਇਹ ਤਾਂ ਬੱਚੇ ਤੋਂ ਲੈ ਜਾ ਮਾੜਾ, ਚਿੱਟੇ ਰੱਸੇ ਵਾਲੇ, ਚਿੱਟੇ ਵਾਲੇ ਰੱਸੇ ਲੈ ਬਾਅਦ ਬਾਕੀ ਭਾਜੀ ਸਤਨਾਮ ਸਿੰਘ ਜੀ, ਚਵਾਈਆਂ ਸਾਰੇ ਪਸ਼ੂਆਂ ਦੀ ਇੱਕ ਨੰਬਰ ਚਵਾਈ ਆ ਦੋਸਤੋ, ਥਣ ਭਾਂਡਾ ਬਿਲਕੁਲ ਆ, ਵੇਖ ਕੇ ਚੈੱਕ ਕਰੋ। ਠੀਕ ਆ, ਸੋ ਚੰਗਾ ਥਣ ਭਾਂਡਾ, ਬਹੁਤ ਸੋਹਣਾ ਦੋਸਤੋ, ਬਖਾਲਾ ਬਖੂਲਾ ਚੰਗਾ। ਠੀਕ ਆ, 10 ਕਿਲੋ ਜਿਹੜਾ ਅੱਜ ਮੌਜੂਦ ਆ, ਜਿਹੜਾ ਕਿਸੇ ਨੇ ਚਵਾਈ ਕਰ ਲੈਣੀ। ਠੀਕ ਆ, ਪੀ ਲੈਂਦੇ, ਪੀ ਲੈ, ਛੱਡਦੇ ਇਹਨੂੰ ਹੁਣ, ਪੀਂਦੇ ਪਾਣੀ। ਆ ਲੈ, ਅੱਛਾ ਇਹਦਾ ਕੀ ਕਰਾਂਗੇ ਮੁੱਲ ਜੀ ਲੈਣ ਦੇਣ? ਇਹਦਾ 75,000 ਰੁਪਈਆ ਕਰਾਂਗੇ ਜੀ। 75,000, 75,000 ਜੋ ਮਾਨਦਾਨ ਕਰਾਂਗੇ। ਠੀਕ ਆ ਜੀ, ਕਰ ਦਾਂਗੇ ਮਾਨਦਾਨ। ਠੀਕ ਆ ਜੀ, ਠੀਕ ਆ, ਲਓ ਜੀ 75,000 ਦੇ ਵਿੱਚੋਂ ਭਰਾਵੋ ਮਾਨਦਾਨ ਹੋ ਜੂਗਾ। ਠੀਕ ਆ, ਸੋ 10 ਕਿਲੋ ਦੁੱਧ ਕੋਈ ਵੀਰ ਪੱਕਾ ਜੀ। ਠੀਕ ਆ ਜੀ, ਪੱਕਾ ਦੁੱਧ ਜਿਹੜਾ 10 ਕਿਲੋ, 4 ਦਿਨਾਂ ਦੀ ਸੂਈ ਥੱਲੇ। ਇਸ ਤੋਂ ਬਾਅਦ ਅੱਗੇ ਕੋਈ 6ਵੇਂ ਦੇ ਨੰਬਰ ਤੇ ਜੀ ਦੋਸਤੋ। ਠੀਕ ਆ, ਲਿਆ ਇੱਕ, ਆ ਲਿਆ ਤੇ ਫਿਰ ਝੋਟੀ ਪਹਿਲਾਂ ਨੂੰ ਵਿਖਾਉਣੀ ਹੈ ਵੱਡੀ। ਲਓ ਜੀ, ਕੋਈ ਗੱਲ ਨਹੀਂ। ਠੀਕ ਆ, ਸੋ ਇਸੇ ਤਰ੍ਹਾਂ ਦੋਸਤੋ ਪਸ਼ੂ ਕੈਟਾਗਰੀ ਹੈਗੀ ਆ, ਕਾਫੀ ਕਲੈਕਸ਼ਨ ਆ। ਠੀਕ ਆ ਜੀ, ਸੋ ਜਿਹੜਾ ਐਨੀਮਲ ਪਸੰਦ ਆਊਗਾ ਤੁਸੀਂ ਉਹ ਖਰੀਦ ਲਿਓ। ਅਤੇ ਦੁੱਧ ਰਿਕਾਰਡ ਰੇਟ ਪਾਪੜ ਤਾਂ ਬਿਲਕੁਲ ਤੁਹਾਨੂੰ ਨਾਲ ਦੀ ਨਾਲ ਦੱਸੀ ਜਾ ਰਹੇ ਹਾਂ, ਸੋ ਬਾਕੀ ਬੱਚੇ ਵੀ ਪ੍ਰੋਪਰ ਨਾਲ ਦੀ ਨਾਲ ਦਿਖਾਈ ਜਾਂਦੇ ਆ। ਠੀਕ ਆ, ਅਤੇ ਆ ਜਾਓ ਲਿਓ। ਇਹ ਕਿੰਨੇ ਦਿਨਾਂ ਦੀ ਸੂਈ ਹੈ ਜੀ? ਇਹਨੂੰ ਅੱਜ ਚੌਥਾ ਦਿਨ ਹੋ ਗਿਆ ਜੀ। ਚੌਥਾ ਦਿਨ ਲਿਆ ਇਹਨੂੰ ਕੱਢ ਕੇ ਪੁੱਤ, ਲਿਓ। ਚੌਥਾ ਦਿਨ ਹੋ ਗਿਆ ਤੇ ਸੂਆ ਕਿੰਨਾ ਹੋਊਗਾ ਇਹ? ਦੂਜਾ ਸੂਆ ਜੀ, ਸਿੰਘ ਮਾੜਾ ਜਾਂ ਖੁੱਲ੍ਹਾ ਰੱਖਦੀ ਹੈ? ਸਿੰਘ ਖੁੱਲ੍ਹਾ, ਚੱਡੇ ਦੀ ਬਹੁਤ ਸਾਫ਼ ਆ। ਠੀਕ ਆ ਜੀ, ਸਿੰਘ ਖੁੱਲ੍ਹਾ ਦੋਸਤੋ, ਦੂਜਾ ਦਿਨ ਅੱਜ ਸੂਈ ਨੂੰ ਅਤੇ ਸੂਆ ਦੂਜਾ, ਬੱਚਾ ਤੇ ਮਗਰ ਕੱਟਾ ਜੀ ਇਹਦੇ।
ਲਓ ਜੀ ਇਹਦੇ ਮਗਰ ਵੀ ਮੇਲ ਕਾਫ ਆ ਕੱਟਾ ਆ ਅਤੇ ਹੁਣ ਕਿੰਨਾ ਕੁ ਬੋਲਾ ਹਾਜ਼ਰ ਹੈ? 8 ਲੀਟਰ ਪੱਕਾ ਦੇ ਦੇਗਾ ਜੀ। ਠੀਕ ਹੈ ਜੀ, 8 ਕਿਲੋ ਜਿਹੜਾ ਦੋਸਤੋ ਬਿਲਕੁਲ ਬੋਲਾ ਹਾਜ਼ਰ ਹੈ। ਠੀਕ ਹੈ, ਅਤੇ ਬਾਕੀ ਥਣ ਥੁਣ ਸਪੇਸ ਘੱਟੋ ਘੱਟ ਵੀ ਚੱਪੇ ਚੱਪੇ 'ਤੇ ਕਹਿ ਲਓ, ਚੋਂ 5-5-6-6 ਇੰਚ 'ਤੇ ਕਹਿ ਲਓ ਵੀ ਥਣ ਜਿਹੜਾ ਹੈਗਾ ਲੱਗਾ। ਠੀਕ ਹੈ ਜੀ, ਬਖਾਲਾ ਬਖੂਲਾ ਬਿਲਕੁਲ ਪੱਧਰ, ਅਤੇ ਹਾਈਟ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ। ਠੀਕ ਹੈ ਜੀ, ਸਿੰਘ ਥੋੜ੍ਹਾ ਜਿਹਾ ਆਪਾਂ ਕਹਿ ਲੈਂਦੇ ਵੀ ਜਿਵੇਂ ਖੁੱਲ੍ਹਾ ਸਿੰਘ ਆ ਦੋਸਤੋ, ਪਸ਼ੂ ਜਿਵੇਂ ਬਖਾਲਾ ਸੂਬੇ ਦਾ ਭਾਵੇਂ ਤੀਜੇ ਦਾ ਵਿਖਾਉਂਦਾ ਹੋਵੇ, ਵੈਸੇ ਦੂਜੇ ਸੂਬੇ ਆ। ਠੀਕ ਆ, ਆਹ ਕਰੋ ਚੈੱਕ ਜੀ, ਅੱਛਾ ਭਾਅ ਜੀ ਪਸ਼ੂ ਬਸ 8-10 ਪਸ਼ੂ ਆਪਣੇ ਪੱਕੇ ਰਹਿੰਦੇ 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 ਆ ਜੀ। ਠੀਕ ਆ, ਇਹਦਾ ਬੱਚਾ ਇੱਧਰ ਹੀ ਆ? ਇੱਧਰ ਹੈ ਜੀ। ਆਹ ਇਹੋ ਹੀ ਆ ਇਹਦਾ ਬੱਚਾ, ਆ ਜੀ ਆਹ ਜਿਹੜਾ, ਆਹ ਆ ਜਿਹੜਾ ਉਹ ਅਗਲਾ ਬੱਚਾ। ਹਾਂ, ਅਗਲਾ ਬੱਚਾ ਜੀ। ਲਓ ਜੀ ਇਹ ਮੇਲ ਕਾਫ ਆ ਇਸ ਮੱਝ ਦੇ ਥੱਲੇ। ਠੀਕ ਆ, ਇਹ ਬੱਚਾ ਇਹਦਾ, ਅਤੇ ਇਹਦਾ ਮੁੱਲ ਕਿੰਨਾ ਕਰਾਂਗੇ ਜੀ? 62,000 ਦੀ ਦੇ ਦਾਂਗੇ ਜੀ। 62,000 ਦੀ? ਹਾਂ। ਠੀਕ ਆ ਜੀ, ਮਾਨਤਾਨ ਹੋ ਜੂ ਵਿੱਚੋਂ ਜੀ। ਠੀਕ ਆ ਜੀ, ਲੈ ਜਾਓ ਜੀ 62,000 ਜੀ, ਪਹਿਲਾਂ ਝੋਟੀ ਲਿਆ। ਇਹ ਮੱਝ ਮਿਲ ਜੂਗੀ 62,000 ਦੀ। ਠੀਕ ਆ, ਅਤੇ ਇੱਕ ਹੁਣ ਅਗਲੀ ਆਪਾਂ ਜਿਹੜੀ ਵਿਖਾਉਣੀ ਉਹ ਪਹਿਲਾਂ ਪਹਿਲਾਂ ਝੋਟੀ ਹੈ ਜੀ? ਪਹਿਲਾਂ ਝੋਟੀ ਆ, ਉਹ ਕੱਲ੍ਹ ਦੀ ਸੂਈ ਆ ਉਹਦਾ ਬੱਚਾ। ਠੀਕ ਆ ਜੀ, ਆਹ ਲਿਆ ਪੁੱਤ, ਝੋਟੀ ਜਿਹੜੀ ਆ ਦੋਸਤੋ ਪਹਿਲਾਂ ਝੋਟੀ ਤੁਹਾਨੂੰ ਦਿਖਾਉਣੇ ਆ। ਠੀਕ ਆ ਜੀ, ਆਹ ਬੱਚਾ ਵਿਖਾ ਦਿਓ ਪਹਿਲਾਂ ਦਾ। ਆਹ ਆਹ ਕੱਟੀ ਆ, ਕੱਟੀ ਆ ਜੀ ਇਹਦੀ। ਲਓ ਜੀ ਇਹ ਮਗਰ ਕੱਟੀ ਆ, ਫੀਮੇਲ ਕਾ ਲਿਆ ਚੇਤੀ ਲਿਆ ਪਤਾ, ਆਹ ਬੱਚੇ ਦੇ ਨਾਲ ਨਾੜੂ। ਠੀਕ ਆ ਜੀ, ਅਤੇ ਇਹ ਕੱਟੀ ਜਿਹੜੀ ਆ ਦੋਸਤੋ ਹੁਣ ਲਾ ਜਿਹੜੀ ਆਪਾਂ ਤੁਹਾਨੂੰ ਬਿਲਕੁਲ ਝੋਟੀ ਦਿਖਾਉਣੀ ਆ, ਪਹਿਲਾਂ ਸੂਈ ਆ ਉਹਦੇ ਮਗਰ ਇਹ ਬੱਚਾ ਜਿਹੜਾ ਕੱਟੀ ਆ ਫੀਮੇਲ ਕਾਫ। ਸੋ ਝੋਟਾ ਲਿਓ ਜੀ, ਲਿਓ ਲਿਓ। ਅੱਛਾ ਇਹ ਪਹਿਲਾਂ ਸੂਈ ਹੈ ਨਾ ਜੀ? ਹਾਂਜੀ ਪਹਿਲਾਂ ਸੂਈ ਹੈ ਜੀ। ਅੱਛਾ, ਦਿਨ ਦੂਜਾ ਤੀਜਾ ਹੀ ਹੋ ਗਿਆ ਦੂਜਾ? ਅੱਜ ਇਹਨੂੰ 5ਵਾਂ ਦਿਨ ਹੋ ਗਿਆ ਜੀ। 5ਵਾਂ ਦਿਨ? 5 ਦਿਨ ਹੋ ਗਏ ਪੂਰੇ ਸੂਈ ਨੂੰ। ਠੀਕ ਆ ਜੀ, ਤੇ ਕੀ ਇਹਦੇ ਥੱਲੇ ਹੁਣ ਬੋਲਾ ਹੋ? 10 ਲੀਟਰ ਪੱਕਾ ਬੋਲਾ ਜੀ ਇਹਦੇ ਥੱਲੇ। 10 ਲੀਟਰ ਆ ਜੀ? ਹਾਂ। ਠੀਕ ਆ ਜੀ, 10 ਲੀਟਰ ਬੋਲਾ ਮਗਰ ਕੱਟੀ ਹੈ। ਲਓ ਵੀ ਦੋਸਤੋ ਮਗਰ ਕੱਟੀ ਆ, 10 ਲੀਟਰ ਬੋਲਾ, ਤਾਂ ਮੈਨੂੰ ਲੱਗਦਾ ਵੀ ਚੰਗੇ ਵਧੀਆ ਮਿਲਕ ਵਾਲੀ ਹੈ। ਵਧੀਆ ਵਧੀਆ। ਠੀਕ ਆ, ਬੱਚੇ ਤੋਂ ਲੱਤ ਨਹੀਂ ਚੁੱਕਦੀ ਜੀ। ਹਾਂ। ਸੋ ਹਾਂ, ਥੋੜ੍ਹਾ ਤੁਰ ਗਈ ਅੱਗੇ, ਤੁਰ ਮਾੜਾ ਜਿਹਾ। ਬਹੁਤ ਸੋਹਣੀ ਦੋਸਤੋ ਝੋਟੀ ਇੱਕ ਤੁਹਾਨੂੰ ਜਿਹੜੀ ਆ ਪਹਿਲੇ ਸੂਬੇ ਦਿਖਾ ਰਹੇ ਹਾਂ, ਚੰਗੀ ਸੰਭੀ ਆ, ਬਿਲਕੁਲ ਵੇਖ ਸਕਦੇ ਹੋ ਤੁਸੀਂ, ਚੰਗੇ ਬਿਲਕੁਲ ਗੁੰਦੀ ਪਈ ਆ। ਠੀਕ ਆ, ਰਾਜੀ ਆ ਪੂਰੇ ਵਜਨ ਲੋੜ ਵਾਲੀ, ਵੇਲ ਵੀ ਚੰਗੀ ਆ, ਹਾਈਟ ਵੀ ਚੰਗੀ ਆ। ਸੋ ਸਿੰਗੀ ਸੁੰਗੀ ਬਹੁਤ ਜ਼ਿਆਦਾ ਪਿਆਰੀ ਆ। ਠੀਕ ਆ ਜੀ, ਬਾਕੀ ਥਣ ਭਾਂਡਾ ਬਹੁਤ ਜ਼ਿਆਦਾ ਸੋਹਣਾ, ਆਹ ਵੇਖੋ ਜੀ। ਮਗਰੋਂ ਕਰਨੇ ਆਹ ਦੇਖੋ ਜੀ। ਠੀਕ ਆ, ਐਨੂੰ ਕਰਕੇ ਮੂੰਹ ਦਿਖਾਇਓ, ਐਨੂੰ ਮੂੰਹ ਕਰੀ, ਐਨੂੰ ਉਹ ਚਲਿਆ ਰਾ ਮਾੜਾ ਜਿਹਾ, ਚੱਲ ਕੋਈ ਨਹੀਂ। ਆਹ ਕਰੋ ਚੈੱਕ ਜੀ, ਓਕੇ ਤੁਰ ਗਏ। ਬਾਕੀ ਸਟਾਰਟਿੰਗ ਚੰਗੀ ਆ, 5-4 ਦਿਨਾਂ ਦੀ ਤੁਸੀਂ ਦੱਸਿਆ 10 ਕਿਲੋ। ਹਾਂਜੀ ਹਾਂਜੀ ਹਾਂਜੀ, ਸਟਾਰਟ ਕਾਫੀ ਸੋਹਣਾ ਦੁੱਧ ਹੈ ਜੀ। ਚਾਰੂ ਹੈ ਜੀ, ਮੰਡ ਖਾਂਦੀ ਆ। ਆਹ ਦੇਖੋ ਜੀ, ਪੀ ਲੈਂਦਾ ਪਾਣੀ। ਠੀਕ ਆ, ਸੋ ਝੋਟੀ ਚੰਗੀ ਆ ਦੋਸਤੋ, ਮਗਰ ਵੀ ਕੱਟੀ ਆ। ਠੀਕ ਆ ਜੀ, ਵਾਧੇ ਬੰਦੀ ਆ, ਮਗਰ ਵੀ ਕੱਟੀ, ਆਪ ਵੀ ਕੱਟੀ, ਪਹਿਲਾਂ ਝੋਟੀ ਸੋਈ ਆ। ਠੀਕ ਆ। ਅੱਛਾ, ਅਤੇ ਇਹਦਾ ਭਾਅ ਜੀ ਸਤਨਾਮ ਸਿੰਘ ਜੀ ਕਿੰਨਾ ਕੁ ਮੁੱਲ ਲੈਣ ਦੇ ਨਾਲ ਕੀ ਰਹੂਗੀ ਗੱਲਬਾਤ? ਇਹ ਦੇ ਦਾਂਗੇ 95 ਜੀ। 95 95 ਦੀ ਦੇ ਦਾਂਗੇ। ਹਾਂਜੀ, ਥੋੜ੍ਹਾ ਪਤਾ ਹੋ ਜੂ ਮੈਂ ਤੁਹਾਨੂੰ। ਠੀਕ ਹੈ ਜੀ, ਲਓ ਵੀ ਦੋਸਤੋ 95,000 ਦੀ ਜਿਹੜੀ ਇਹ ਝੋਟੀ ਤੁਹਾਨੂੰ ਮਿਲ ਜੂਗੀ। ਝੋਟੀ ਬਹੁਤ ਪਿਆਰੀ ਹੈ, ਬਹੁਤ ਵਧੀਆ ਝੋਟੀ ਆ। ਸੋ ਜਿਸ ਕਿਸੇ ਵੀਰ ਨੇ ਵੀ ਚੰਗੇ ਸੋਹਣੇ ਦੁੱਧ ਵਾਲੀ ਝੋਟੀ ਖਰੀਦਣ ਦੇ ਚਾਹ ਬਣੋ, ਤਾਂ ਪਹਿਲਾਂ ਝੋਟੀ ਵੀ ਤੁਸੀਂ ਖਰੀਦਣੀ ਚਾਹੁੰਦੇ ਹੋ ਅਤੇ ਘੱਟੋ ਘੱਟ 95,000 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਜਿਹੜੀ ਆਪਾਂ ਹੁਣ ਦਿਖਾ ਚੁੱਕੇ ਹਾਂ। ਇਸੇ ਤਰ੍ਹਾਂ ਦੋਸਤੋ ਜਿਹੜੇ ਅੱਜ ਪਸ਼ੂ ਸੀਗੇ, ਠੀਕ ਆ, ਗਾਂ ਦੀ ਇੱਕ ਗਾਂ ਸੀ ਆਪਣੇ ਕੋਲ, ਬਾਹਰ ਹੀ ਹੈ ਕਿ ਅੰਦਰ? ਆਹ ਸਾਹਮਣੇ ਆ ਗਈ ਹੈ। ਠੀਕ ਆ, ਸੋ ਇੱਕ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਵੈੜ ਜਿਹੜੀ ਆਪਾਂ ਦਿਖਾਉਣੀ ਸੀ, ਗੱਭਣ ਵੈੜ। ਠੀਕ ਆ ਜੀ, ਵੈਸੇ ਮੱਝਾਂ ਝੋਟੀਆਂ ਜਿੰਨੀਆਂ ਸਾਰੀਆਂ ਸੂਈਆਂ ਨੇ,
ਤੇ ਇਹ ਬੈਠ ਗੱਬਣਾ, ਠੀਕ ਹੈ। ਅੱਛਾ ਭਾਅ ਜੀ ਸਤਨਾਮ ਸਿੰਘ ਜੀ, ਕੀ ਰਿਕਾਰਡ ਇਹਦਾ, ਕਿੰਨੇ ਕੁ ਦਿਨ ਦਿੰਦੀ ਹੈ ਜੇ ਸੂਣ 'ਚ? ਇਹ ਦਿਨ ਲੱਜੂਗੀ 10 ਜੀ ਹੈ ਜੀ, 10 ਕੁ 10-12 ਦਿਨ ਲਊ, ਠੀਕ ਹੈ। ਦੂਜੇ ਸੂਬੇ ਬੈਠ ਸੂਗੀ ਇਹ, ਦੂਜੇ ਸੂਬੇ? ਹਾਂਜੀ, ਠੀਕ ਹੈ। ਖੋਲੀ ਖੋਲੀ ਲਓ ਜੀ, ਦੂਜਾ ਸੂਬਾ ਦੋਸਤੋ ਬੈਠ ਨੇ ਸੂਣਾ, ਠੀਕ ਹੈ। ਬੋਦੀ ਵਾਲੀ ਬੈਠ ਆ ਬਿਲਕੁਲ, ਆਪਾਂ ਵੇਖ ਲਈਏ ਅਤੇ ਥੋੜ੍ਹਾ ਜਿਹਾ ਤੁਸੀਂ ਕ੍ਰਾਸ ਵੀ ਮੰਨ ਸਕਦੇ ਜੀ, ਠੀਕ ਹੈ ਜੀ, ਐਚ ਐਫ ਅਤੇ ਥੋੜ੍ਹਾ ਜਿਹਾ ਸ਼ਾਹੀਵਾਲ ਦਾ ਕ੍ਰਾਸ ਮੰਨ ਸਕਦੇ ਜੀ। ਬਲੈਕ ਰੰਗ ਆ ਬਿਲਕੁਲ, ਥੋੜ੍ਹੇ ਸਪੋਰਟ ਜਿਹੜੇ ਆ ਵਾਈਟ ਸਪੋਰਟ ਹੈਗੇ ਆ, ਠੀਕ ਹੈ। ਅਤੇ ਚਿੱਟੇ ਡੱਬ ਮਿਲ ਜਾਣਗੇ ਬਿਲਕੁਲ, ਹੈ ਬਲੈਕ ਹੀ ਵਿੱਚ, ਕੁਝ ਚਿੱਟੇ ਡੱਬ ਨੇ ਹਵਾਨੇ 'ਤੇ ਵੀ ਜਿਹੜਾ ਦਾਗ, ਅਤੇ ਮੱਥਾ ਵੀ ਬਿਲਕੁਲ ਵਾਈਟ। ਆਹ ਦੇਖੋ ਠੰਡੀ ਬੜੀ ਜੀ, ਇਤਨਾ ਆਪਾਂ ਬਹਿ ਜਾਈਏ ਥੱਲੇ ਦੇ, ਅਤੇ ਲੱਤ ਨਹੀਂ ਚੁੱਕੀ, ਖੁੱਲ੍ਹੇ ਜਾ ਖੁੱਲ੍ਹੇ, ਤੋਰ ਹੋਣਾ। ਅੱਛਾ, 10 ਕੁ ਦਿਨ ਲੈਂਦੀ ਹੈ ਜੀ? 10 ਦਿਨ ਲੈ ਜੂਗੀ ਜੀ, ਠੀਕ। ਇਹ ਸੂਬਾ ਪਹਿਲਣੀ ਹੈ? ਪਹਿਲਣੇ ਹੈ, ਪਹਿਲਣ ਬੱਚੀ ਸੋਹਣੀ ਹੈ। ਸੋ ਹਾਈਟ ਬਹੁਤ ਜ਼ਿਆਦਾ ਸੋਹਣੀ ਹੈ ਦੋਸਤੋ, ਵੇਲ ਵੀ ਚੰਗੀ ਆ, ਹਾਈਟ ਵੀ ਸੋਹਣੀ ਆ, ਫੁੱਲ ਵੱਡੀ ਹਾਈਟ ਦੇ ਵਿੱਚ ਆ, ਥਣ ਥੁਣ ਪੂਰਾ ਮੁੱਠੀ ਆ, ਜਿੱਦਾਂ ਕਿ ਪਹਿਲਾਂ ਵਹਿਣਾ ਤੋਂ ਵਹਿਣਾ ਦੋਸਤੋ ਸੁਣਦੀਆਂ ਨੇ, ਕਈ ਵਾਰ ਥਣ ਥੁਣ ਦੀ ਪ੍ਰੋਬਲਮ ਹੁੰਦੀ ਹੈ, ਥਣ ਛੋਟਾ ਵਿਖਾਲਾ ਹੁੰਦਾ, ਠੀਕ ਹੈ। ਪਰ ਥਣ ਤੁਸੀਂ ਵੇਖੋਗੇ ਪੂਰਾ ਮੁੱਠੀ ਆ, ਲੈ ਵੇਖੋ। ਆ ਤੋਰ ਲਿਆ ਜਾ, ਠੀਕ ਹੈ ਜੀ। ਅੱਛਾ ਭਾਅ ਜੀ, ਇਹਦਾ ਕਿੰਨਾ ਮੁੱਲ ਰਹੂਗਾ ਵੈਟ ਦਾ? ਇਹ 45 ਤੋਂ ਮਾਨਤਾਨ ਕਰ ਲਾਂਗੇ ਜੀ। 45,000 ਚੋਂ? ਹਾਂਜੀ ਹਾਂਜੀ, ਮਾਨਤਾਨ ਮਾਨਤਾਨ ਹੋ ਜੂਗਾ। ਹਾਂਜੀ ਹਾਂਜੀ, ਲਓ ਵੀ ਦੋਸਤੋ, 45,000 ਦੇ ਵਿੱਚੋਂ ਛੋਟ ਛੱਪਾ ਮਾਨਤਾਨ ਇਸ ਵੈਟ ਦਾ ਜ਼ਰੂਰ ਕੀਤਾ ਜਾਊਗਾ, ਜਿਹੜਾ ਵੀ ਕੋਈ ਖਰੀਦਦਾਰ ਘਰ ਵੀ ਰਹੂਗਾ ਖਰੀਦਣ ਦੇ ਪਰਪਸ ਲਈ, ਠੀਕ ਆ। ਸੋ ਥਣ ਪੂਰਾ ਜਿਹੜਾ ਦੋਸਤੋ ਮੁੱਠੀ ਥਣ ਆ, ਰੁਗ ਰੁਗ ਥਣ ਆ ਬੱਛੀ ਦਾ, ਠੀਕ ਆ। ਸੋ ਬਿਲਕੁਲ ਜਦੋਂ ਪਸਮਾ ਗਏ, ਜਦੋਂ ਬਿਲਕੁਲ ਸੂਣ ਦੇ ਨੇੜ ਹੋਈ, ਹਵਾਨਾ ਜਿਹੜਾ ਦੋਸਤੋ ਬਿਲਕੁਲ ਭਰ ਲਿਆ, ਲੇਵਾ ਭਰਿਆ, ਅਤੇ ਥਣ ਹੋਰ ਬਿਲਕੁਲ ਸ਼ੋ ਕਰੂਗੀ ਸਾਡੀ, ਠੰਡੀ ਭਾਵੇਂ ਇਸ ਤਰ੍ਹਾਂ ਹੀ ਬਹਿ ਜਾਈਏ, ਲੱਤ ਨਾ ਮਾਰੂਗੀ, ਠੀਕ ਹੈ ਜੀ। ਮਾੜਾ ਹੱਥੋਂ ਤੋਂ ਲਾ ਕੇ ਵਿਖਾ ਦਿਓ ਕੋਈ ਗੱਲ ਨਹੀਂ, ਥਣਾ ਬਹਿ ਜਾ, ਥੱਲੇ ਬਹਿ ਜਾ, ਬਹਿ ਜਾ, ਲਓ ਜੀ, ਠੀਕ ਆ। ਇੱਥੋਂ ਪਿੰਡੋਂ ਲਈ ਹੈ ਜੀ, ਠੀਕ ਆ, ਵਧੀਆ ਬੈਠ ਆ, ਅਤੇ ਨੋਰਮਲ ਆਮ ਘਰੋਂ ਪਰਿਵਾਰਾਂ ਦੇ ਵਿੱਚੋਂ, ਪਰਿਵਾਰਾਂ ਤੋਂ ਲਈ ਜਾਓ, ਠੀਕ ਆ ਜੀ। 45 ਚੋਂ ਛੋਟ ਛੱਪਾ ਹੋ ਜੂਗੀ, ਇਹ ਹੋ ਜੂਗੀ 45 ਚੋਂ? ਹਾਂਜੀ, ਛੋਟ ਕਰ ਦਾਂਗੇ, ਠੀਕ ਆ ਜੀ। ਸੋ 45,000 ਦੇ ਵਿੱਚੋਂ ਭਰਾਵੋ ਛੋਟ ਛੱਪਾ ਹੋ ਜੂਗਾ। ਸੋ ਪਸ਼ੂ ਅੱਜ ਤੁਹਾਨੂੰ ਦਿਖਾਤੇ ਆ, 8-9 ਪਸ਼ੂ ਦਿਖਾਤੇ ਆ ਸਮੇਤ ਇਸ ਬੈਟ ਦੇ, ਪਸੰਦ ਆਉਣਗੇ ਪਸ਼ੂ। ਰੇਟ ਪੜਤਾ ਦੋਸਤੋ ਥੋੜ੍ਹਾ ਬਹੁਤਾ, ਕੋਈ ਉੱਨੀ ਕੀ ਹੋਇਆ ਤਾਂ ਮੌਕੇ 'ਤੇ ਆਣ ਕੇ ਇੱਕ ਵਾਰੀ ਨਰਕ ਪਰਖ ਕਰ ਲਿਓ, ਤਸੱਲੀ ਕਰ ਲਿਓ, ਥੋੜ੍ਹੀ ਬਹੁਤੀ ਕੋਈ ਗੁੰਜਾਇਸ਼ ਹੋਈ ਤਾਂ ਮੌਕੇ 'ਤੇ ਨਿਕਲ ਜੂਗੀ। ਅਤੇ ਇੱਕ ਵਾਰੀ ਨੰਬਰ ਆਪਣੇ ਜ਼ਰੂਰ ਬੋਲ ਦਈਏ ਜੀ। ਹਾਂਜੀ, 94631 79-886, ਠੀਕ ਹੈ ਜੀ। ਸਤਨਾਮ ਸਿੰਘ, ਸਤਨਾਮ ਸਿੰਘ ਜੀ, ਹਾਂਜੀ ਹਾਂਜੀ, ਠੀਕ ਹੈ ਜੀ। ਸੋ ਦੋਸਤੋ, ਇਹ ਸਨ ਮੇਰੇ ਨਾਲ ਓਨਰ ਸਰਦਾਰ ਸਤਨਾਮ ਸਿੰਘ, ਠੀਕ ਆ ਜੀ। ਪਿੰਡ ਮਾੜੀ 9 ਬਾਦ, ਨੇੜੇ ਅਲਗੋਂ ਕੋਠੀ, ਤਹਿਸੀਲ ਪੱਟੀ ਆ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।